बिस्मिल्लाह रहमान रहीम, बढ़ते हैं एक वॉइस मैसेज की जानेब। ये डॉक्टर उनको साहब प्रॉम्प्टली मैंने जवाब मैं दिया। अमन बोल रहा हूँ चकवाल तो। जकवाल तू डॉक्टर अहमद, साहब तो सनाल गल हुई सी वो मैं तो सा को पूछे सी पहले साड़ी गां सी वो तो बच्चा मर गया सी हाँ ते तुसी फिर दसा सी भाई उसनो देना दूध जीरा ते हाँ शकर 5 तो 6 दाड़े वो भी करके देखा है लेकिन वो टोटल होने भी दूध जड़ा ना वो दे रही टोटल कोई 4-1 किलो ते इस तो मैं का तो सना फिर मशवरा कर लई ए ना होवे फिर ओका सुखा जावे या कोई और इस दा हल होवे ਇਹ ਕੋਈ ਤੁਸੀਂ ਦੱਸੋ ਕੀ ਕਰਨਾ ਚਾਹੀਦਾ ਲੋ ਇਹ ਬਿਹਤਰੀਨ ਆਲੇ ਇਹਨੂੰ ਸਫੈਦ ਜ਼ੀਰੇ ਦੀ ਖੀਰ ਬਣਾ ਕੇ ਦਿਓ ਇਹਨੂੰ ਖੀਰ ਖਿਲਾਓ ਔਰ ਦੂਸਰਾ ਇਹਨੂੰ ਇੱਕ ਕੌਮੀ ਕੈਲਸੀ ਵਿਟ ਪਾਊਡਰ ਲੈ ਕੌਮੀ ਆਓ ਕੈਲਸੀਮੇਟ ਉਹ ਵੀ ਇਹਨੂੰ ਦਿਓ ਦਿਓ। ਸ਼ੱਕਰ ਚ ਪਾ ਕੇ ਇਹਨੂੰ ਦਿਓ ਜਿਹੜੀ ਇਹ ਕੀ ਹੈ ਗਾਂ ਹੈ ਨਾ ਤੇ ਗਾਂ ਨੂੰ ਤੁਸੀਂ ਉਹ ਸ਼ੱਕਰ ਚ ਪਾ ਕੇ ਦਿਓ ਬਿਸਮਿਲਾ ਕਰਕੇ ਅੱਲਾ ਫਜ਼ਲ ਕਰੇਗਾ ਉਹ ਦੁੱਧ ਕਾਇਮ ਰੱਖੇਗੀ ਇਹਨੂੰ ਇੱਕ ਤੇ ਵੰਡਾ ਪਾਓ ਜਿਹੜਾ ਵੰਡਾ ਹੈ ਨਾ ਮੈਂ ਵੰਡੇ ਦੇ ਫਾਰਮੂਲੇ ਦਿੱਤੇ ਨੇ ਉਹਨਾਂ ਵਿੱਚੋਂ ਕੋਈ ਵੰਡਾ ਪਾਓ ਇਹਨੂੰ ਔਰ ਨਾ ਹੋਵੇ ਤੇ ਖਲ ਜਿਹੜੀ ਹੈ ਉਹ ਵਿੱਚ ਕੋਈ ਚੌਕਰ ਪਾ ਲਓ ਕੁਛ DCP ਪਾਊਡਰ ਪਾ ਲਓ ਕੁਛ ਨਮਕ ਪਾ ਲਓ ਔਰ ਕੁਛ ਅਗਰ ਹੋਵੇ ਸ਼ੀਰਾ ਮਿਲ ਜਾਏ ਠੀਕ ਹੈ ਨਾ ਹੋਵੇ ਤੇ ਥੋੜ੍ਹਾ ਬਹੁਤ ਇਹਨੂੰ ਗੁੜ ਛੁੜ ਦਿਓ ਵਿੱਚ ਔਰ ਇਹ ਇਨਸ਼ਾਅੱਲਾ ਤਾਲਾ ਦੁੱਧ ਵਧਾਸੀ ਔਰ ਦੂਸਰਾ ਇਹ ਕਿ ਸਫੈਦ ਜ਼ੀਰੇ ਵਾਲਾ ਮੈਂ ਤੁਹਾਨੂੰ ਜਿਹੜਾ ਦੱਸਿਆ ਹੈ ਉਹ ਉਹਨੂੰ ਲੈ ਪਲੀਜ਼ ਰਹੀ ਕਰ ਲਓ ਸਫੈਦ ਜ਼ੀਰੇ ਦੀ ਖੀਰ ਬਣਾ ਕੇ ਦਿਓ ਇਹਨੂੰ 2 ਲੀਟਰ ਦੁੱਧ ਦੇ ਵਿੱਚ ਜਾਂ ਖੀਰ ਨਹੀਂ ਵੀ ਬਣਾ ਕੇ ਦਿੰਦੇ ਤੇ ਰਾਤੀ ਭੇਜ ਦਿਓ 100 ਗ੍ਰਾਮ ਜਿਹੜਾ ਹੈ ਉਹ ਸਫੈਦ ਜ਼ੀਰਾ ਤੇ ਉਹਦੇ ਉਹਨੂੰ ਭਿਗੋ ਕੇ ਤੇ ਖੁੱਲੇ ਦਿਓ ਇਹਨੂੰ ਬਰਤਨ ਚ ਪਾਓ ਰਾਤੀ ਨਾ। ਹਾਂ ਸਵੇਰੇ ਖੁੱਲੇ ਬਰਤਨ ਚ ਭੇਜ ਦੇਣਾ ਨਾ ਸਵੇਰੇ ਉਹਦੇ ਚ ਪਾ ਇੱਕ ਸ਼ੱਕਰ ਪਾ ਕੇ ਉਹ ਇਹਨੂੰ ਦਿਓ ਦੇਖੋ ਦੁੱਧ ਵਧਾਏਗੀ ਇਨਸ਼ਾਅੱਲਾ ਤਾਲਾ 4 ਲੀਟਰ ਤੂੰ ਜੇ ਉਤਾ ਨਾ ਕਰੇ ਤੇ ਤਾਂ ਦੱਸਣਾ 6-7 ਦਿਨ ਦਿਓ ਤੇ ਸਹੀ ਅੱਲਾ ਉਹ ਫਜ਼ਲ ਖਲ ਕਰੇ ਸੁੱਕੀ ਦੋ। ਔਰ ਇਹਨੂੰ ਕਿਉਂਕਿ ਤਾਜ਼ਾ ਇਹਦਾ ਬੱਚਾ ਮਰ ਗਿਆ ਹੈ ਔਰ ਇਹਨੂੰ ਗਮ ਤੇ ਬੜਾ ਹੈ ਨਾ ਉਹ ਦੁੱਖ ਹੁੰਦਾ ਹੈ ਇਹਨਾਂ ਨੂੰ ਗਾਵਾਂ ਨੂੰ ਜਾਨਵਰ ਹੈ ਨਾ, ਤੇ ਉਹਦਾ ਤੁਸੀਂ ਇਹਨੂੰ ਬੜਾ ਪਿਆਰ ਨਾਲ ਮਾਂ ਮਾਂ ਹੀ ਜਿੰਨਾ ਹੁੰਦੀ ਹੈ। ਪਿਆਰ ਕਰੋਗੇ ਉਹਨਾਂ ਫਾਇਦਾ ਹੋ ਸੀ ਤੁਹਾਨੂੰ ਇਹਨੂੰ ਥੱਲੇ ਜਿਸ ਵੇਲੇ ਇਹਦਾ ਦੁੱਧ ਲਾਏਗੀ ਕਾਫੀ ਦੇਰ ਤੱਕ ਬਹਿਣਾ ਦੇਰ ਤੱਕ ਪਵੇਗਾ ਬਹਿਣਾ ਪਿਆਰ ਉਹ ਨਾਲ, ਬਵੇ ਬਹਿ ਕੇ ਇਹਦਾ ਉਤਾਰੇ ਕਾਲ ਨਹੀਂ ਉਤਾਰੇਗੀ ਕਰਨੀ, ਇਨਸ਼ਾਅੱਲਾ ਤਾਲਾ ਲੇਕਿਨ ਉਹਨੂੰ ਪਿਆਰ ਕਰੋ ਜ਼ਿਆਦਾ ਪਿਆਰ ਨਾਲ ਜ਼ਿਆਦਾ ਪਿਆਰ ਕਰੋਗੇ ਤਾਂ ਇਨਸ਼ਾਅੱਲਾ ਤਾਲਾ ਦੁੱਧ ਠੀਕ ਠਾਕ ਬਿਹਤਰੀਨ ਔਰ ਵਧਾਈ ਦੁਆ ਵੀ ਕਰੇ ਅੱਲਾ ਫਜ਼ਲ ਕਰੇ ਅੱਲਾ ਫਜ਼ਲ ਕਰੇਗਾ। ਤੇ ਫਿਰ ਉਹਨਾਂ ਲਿਖਿਆ ਠੀਕ ਹੈ ਸਰ ਮੈਂ ਕਰਤਾ ਹੂੰ ਦੁਬਾਰਾ, ਤੋ ਮੇਰੀ ਜਾਨ ਇਹ ਕਰੋ ਅੱਲਾ ਫਜ਼ਲ ਕਰੇਗਾ ਔਰ ਦੁਆ ਕਰਾਂਗਾ ਠੀਕ ਹੋ ਜਾਏ। ਠੀਕ ਹੈ ਪੂਰੇ ਚਕਵਾਲ ਨੂੰ ਸਲਾਮ, ਲੇਕਿਨ ਇਹ ਕਿ ਇਸ ਪ੍ਰੋਗਰਾਮ ਦਾ ਖਾਤਮਾ ਜਿਹੜਾ ਉਹ ਇਖਤਤਾਮ ਉਹ ਇੱਕ ਹਦੀਸ ਮੁਬਾਰਕ ਨਾਲ ਕਰ ਰਿਹਾ ਹਜ਼ੂਰ ਸੱਲਾ ਸਲਮ ਦਾ ਬਿਸਤਰ ਜਿਹੜਾ ਉਹ ਚਮੜੇ ਦਾ ਹੁੰਦਾ ਸੀ ਔਰ ਉਹਦੇ ਵਿੱਚ ਖਜੂਰ ਦੀ ਖਲ ਭਰੀ, ਖਾਲ ਜਿਹੜੀ ਹੁੰਦੀ ਹੈ ਖਜੂਰ ਦੀ ਸਕਿਨ ਉਹ ਭਰੀ ਹੁੰਦੀ ਸੀ। ਇਹਦੇ ਨਾਲ ਹੀ ਡਾਕਟਰ ਅਸ਼ਰਫ ਸਾਹਿਬਜ਼ਾਦਾ ਨੂੰ ਇਜਾਜ਼ਤ ਦਿਓ ਫੀ ਮਾਨਲਾ।